ਅੱਜ ਦੀ ਕਹਾਣੀ ਇੱਕ ਛੋਟੇ ਬੱਚੇ ਉੱਪਰ ਬੇਸਡ ਹੈ ਜੋ ਬਹੁਤ ਦਿਆਲੂ ਸੀ। ਆਪਣੇ ਫਾਦਰ ਨਾਲ ਮਿਲ ਕੇ ਉਸਨੇ ਬਰਡਸ ਦੀ ਹੈਲਪ ਕੀਤੀ। ਇੱਕ ਦਿਨ ਜਦੋਂ ਬਰਫ਼ ਬਹੁਤ ਜ਼ਿਆਦਾ ਗਿਰ ਰਹੀ ਸੀ ਤਾਂ ਇੱਕ ਮੁੰਡਾ ਖਿੜਕੀ 'ਚੋਂ ਬਾਹਰ ਦੇਖ ਰਿਹਾ ਸੀ। ਉਸਨੂੰ ਇੱਕ ਛੋਟਾ ਜਿਹਾ ਬਰਡ ਨਜ਼ਰ ਆਇਆ ਜੋ ਫੂਡ ਅਤੇ ਸ਼ੈਲਟਰ ਦੀ ਤਲਾਸ਼ ਕਰ ਰਿਹਾ ਸੀ, ਪਰ ਦਰਖਤਾਂ ਦੇ ਉੱਪਰ ਕੋਈ ਪੱਤਾ ਕੋਈ ਫਲ ਫੁੱਲ ਨਹੀਂ ਸੀ, ਜਿਸ ਕਰਕੇ ਉਹ ਬਰਡਸ ਦੀ ਹੈਲਪ ਨਹੀਂ ਕਰ ਪਾ ਰਹੀ ਸੀ। ਉਸਨੇ ਇਹ ਦੁਰਦਰਸ਼ਾ ਆਪਣੇ ਫਾਦਰ ਨੂੰ ਦਿਖਾਈ ਅਤੇ ਪੁੱਛਿਆ ਕਿ ਆਪਾਂ ਬਰਡਸ ਦੀ ਹੈਲਪ ਕਿਵੇਂ ਕਰ ਸਕਦੇ ਹਾਂ। ਉਸਦੇ ਪਾਪਾ ਦੇ ਮਨ ਦੇ ਵਿੱਚ ਇੱਕ ਵਿਚਾਰ ਆਇਆ। ਉਹਨਾਂ ਨੇ ਕਾਰਡਬੋਰਡ ਦੇ ਛੋਟੇ ਛੋਟੇ ਪੀਸਿਸ ਨੂੰ ਇਕੱਠਾ ਕੀਤਾ ਅਤੇ ਇੱਕ ਛੋਟਾ ਜਿਹਾ ਅਤੇ ਆਰਾਮਦਾਇਕ ਘਰ ਬਣਾ ਦਿੱਤਾ ਅਤੇ ਉਸ ਵਿੱਚ ਪਾਣੀ ਅਤੇ ਦਾਣੇ ਰੱਖ ਦਿੱਤੇ ਔਰ ਫਿਰ ਬੜੇ ਧਿਆਨ ਦੇ ਨਾਲ ਇੱਕ ਟ੍ਰੀ ਦੇ ਬ੍ਰਾਂਚ 'ਤੇ ਲਟਕਾਤਾ। ਹੁਣ ਛੋਟੇ ਛੋਟੇ ਬਰਡਸ ਬਹੁਤ ਖੁਸ਼ ਨਜ਼ਰ ਆ ਰਹੇ ਸੀ। ਉਹਨਾਂ 'ਚੋਂ ਇੱਕ ਬਰਡ ਉਸ ਘਰ ਦੀ ਛੱਤ 'ਤੇ ਬੈਠ ਗਿਆ ਜਿਵੇਂ ਕਿ ਉਹ ਥੈਂਕ ਯੂ ਕਹਿ ਰਿਹਾ ਹੋਏ। ਇਹ ਭਲਾਈ ਦਾ ਕੰਮ ਕਰਕੇ ਉਸ ਮੁੰਡੇ ਨੂੰ ਬਹੁਤ ਨਿੱਘਾ ਅਤੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਸੀ। ਉਸ ਬਰਡ ਦੇ ਭਲਾਈ ਵਾਲੇ ਛੋਟੇ ਜਿਹੇ ਐਕਟ ਨੇ ਬਰਡਸ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਫਰਕ ਲਿਆਂਦਾ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਾਡੇ ਛੋਟੇ ਛੋਟੇ ਐਕਟਸ ਦੇ ਨਾਲ ਦੂਸਰੇ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆ ਸਕਦਾ ਹੈ, ਯਾਨੀ ਕਿ ਹਰ ਇੱਕ ਛੋਟਾ ਐਕਟ ਵੀ ਕਾਊਂਟ ਹੁੰਦਾ ਹੈ। ਅੱਛਾ ਦੱਸੋ, ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ? ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਪਲੀਜ਼ ਲਾਈਕ ਅਤੇ ਸ਼ੇਅਰ ਕਰੋ।